असलम प्रोग्राम सोच प्रचार के नाल सना मुनीर हाजिर नाजरीन पानी जिंदगी है तो यह अल्लाह की बहुत बड़ी कुदरत है क्योंकि साफ पानी तो बगैर साढ़ा गुजारा मुमकिन नहीं पर नाजीन अजक पाकिस्तान के कुछ इलाके भी साफ पानी की कमी का शिकार ने अब असी गल करेंगे पंजाब आबे पाक अथॉरिटी के उत्ते पर सबू तो पहले मैं तारुफ करावगी साढ़े अज के मेहमाना मेरे अर्ज के पहले मेहमान ने सर जाहेद अजीज़ एस सी ओ ने पाँब आबे पाक अथॉरिट जी वेलकम टू आर प्रोग्राम सर तो मेरे दूजे मेहमान एन तो ए सहाफ़ी इन्होंने ना है सर नवाज तााहिर तो सबसे पहले सर मैं थोड़े तो को शुरू कराँगी कि यह जारी अथॉरिटी है पंजाब आबे पाक अथॉरिटी का मकसद की है तो लॉन्च कदों पंजाब आबे पाक अथॉरिटी का मकसद है कि असी पानी फराहम करिए शहरिया और साढ़ा पहला फोकस जरा पहली तो जो, जो है वह देहात बारे दो अच्छा। हज़ार तेरह चाज हुकूमत ने बनाई सीज साफ पानी कंपनी ਉਸੇ ਦਾ ਸلسلਾ ਉਹਦੀ ਕੰਟੀਨਿਊਟੀ ਹੈ ਕਿ ਅਸੀਂ ਫਿਰ 2019 ਦਾ ਐਕਟ ਪਾਸ ਹੋਇਆ ਕਿ ਪੰਜਾਬ ਆਬਪਾਗ ਅਥਾਰਟੀ ਬਣੇਗੀ ਕੰਪਨੀ ਦੀ بجائے ਅਥਾਰਟੀ ਦੇ ਮੋਡ ਚ ਕੰਮ ਕਰੀਏ ਤੇ ਉਹਦਾ ਸਾਡਾ ਜੋ ਕੰਮ ਹੈ ਜਾਂ ਟਾਰਗੇਟ ਹੈ ਉਹ ਹੈ ਵੇ ਕਿ ਅਸੀਂ ਦੇਹੀ ਜੋ ਇਲਾਕਿਆਂ ਦੀ ਦੇਹੀ ਆਬਾਦੀ ਹੈ ਉਹਨਾਂ ਨੂੰ ਸਾਫ ਪਾਣੀ ਮੁਹਿਆਰੀ ਕਰੀਏ ਤੇ ਤੁਸੀਂ ਕੀ ਵੇਖਦੇ ਹੋ ਕਿ ਜਿਹੜੇ ਦੇਹੀ ਇਲਾਕੇ ਨੇ ਪਾਣੀ ਦੀ ਕਮੀ ਦਾ ਸ਼ਿਕਾਰ ਨੇ ਤੋਂ ਕਿਸ ਤਰ੍ਹਾਂ ਤੁਸੀਂ ਐਸੈਸਮੈਂਟ ਕੀਤੀ ਸਾਰੀ ਕਿ ਇਹ ਇਲਾਕੇ ਅਸੀਂ ਤੁਸੀਂ ਵੇਖੇ ਕਿ ਇਹਦੇ ਵਿੱਚ ਪਾਣੀ ਦਾ ਮਸਲਾ ਹੈ ਸਾਫ਼ ਪਾਣੀ ਦਾ ਦੇਖੋ ਜੀ ਪਾਣੀ ਦੀ ਜਿਹੜੀ ਕਸਾਫਤਾਂ ਹੁੰਦੀਆਂ ਨੇ ਜਿਨ੍ਹਾਂ ਦੀ ਵਜ੍ਹਾ ਨਾਲ ਲੋਕ ਬਿਮਾਰ ਪੈ ਸਕਦੇ ਨੇ ਉਹਨਾਂ ਚੋਂ ਜਿਹੜੀਆਂ ਮੇਜਰ ਨੇ ਉਹ ਦੋ ਨੇ ਇੱਕ ਤੇ ਹੈਗੀ ਇਹ ਕਿ ਜਰਾ ਸੀਮੀ ਕਸਾਫਤ ਯਾਨੀ ਪਾਣੀ ਦੇ ਵਿੱਚ ਜਰਾ ਸੀਮਤ ਨਹੀਂ ਹੈਗੇ ਦੂਸਰੀ ਹੈਗੀ ਹੈ ਕਿ ਕੋਈ ਨਮਕੀਆ ਜ਼ਿਆਦਾ ਨਾ ਹੋਣ ਖਾਰਾ ਪਾਣੀ ਨਾ ਹੋਵੇ ਤੇ ਚੁੱਕੇ ਜ਼ੇਰ ਜ਼ਮੀਨ ਜਿਹੜਾ ਪਾਣੀ ਹੁੰਦਾ ਉਹਦੇ ਜਰਾ ਸੀਮ ਕੁਦਰਤੀ ਤੌਰ ਤੇ ਨਹੀਂ ਪਾਏ ਜਾਂਦੇ ਉਹ ਦੋਨੋਂ ਜ਼ਮੀਨ ਚੋਂ ਕੱਢਨੇ ਆ ਪਾਈਪ ਪੰਦ ذریعے ਲੋਕਾਂ ਨੂੰ ਸਪਲਾਈ ਕਰਨੇ ਆ ਉੱਥੋਂ ਕੋਈ ਉਹਦੇ ਚ ਖਤਰਾ ਹੁੰਦਾ ਤੇ ਅਸੀਂ ਫੋਕਸ ਕੀ ਕੀਤਾ ਕਿ ਸਭ ਤੋਂ ਪਹਿਲੇ ਉਹ ਪਿੰਡਾਂ ਨੂੰ ਅਸੀਂ ਫੋਕਸ ਕਰੀਏ ਜਿੱਥੇ ਨਮਕੀਅਤ ਜ਼ਿਆਦਾ ਨੇ ਖਾਰਾ ਪਾਣੀ ਹੈ ਪੀਣ ਦੇ ਕਾਬਿਲ ਨਹੀਂ ਤੇ ਅਸੀਂ ਫਿਰ ਦੇਖਿਆ ਨਹੀਂ ਕਿ ਕਿਹੜਾ ਇਲਾਕਾ ਕਿਹੜੀ ਪੋਲਿਟੀਕਲ ਉਹਦੀ ਅਫੀਲੀਏਸ਼ਨ ਨਹੀਂ ਦੇਖੀ ਅਸੀਂ ਦੇਖਿਆ ਕਿ ਜਿੱਥੇ ਖਾਰਾ ਪਾਣੀ ਜ਼ਿਆਦਾ ਨਾ ਉਹਨੂੰ ਪਹਿਲੇ ਫੋਕਸ ਕਰੀਏ ਤੇ 1000 ਪਿੰਡਾਂ ਦਾ ਅਸੀਂ ਚੋਣ ਕੀਤਾ ਤੇ 1000 ਪਿੰਡਾਂ ਦੇ ਵਿੱਚ ਅਸੀਂ ਹੁਣ ਤੱਕ ਕੰਮ ਕਮਲ ਕਰ ਚੁੱਕੇ ਆ फ्राहहमी आपक आप बनाए ने हर पिंड आप, आप और हज़ार की आबादी का पिंड है हाब नीह लख आबादी तक पहुँच चुके हैं अगले मरले साल भी अह लख आबादी मनसूबा बनाया कि उम्म करा ठीक है अच्छा ताइ साहब यह साफ पानी है यह नहमत है अल्लाह तला अहमियत होर की हो सकती है एक तो साफ पानी पीने भी इस्तेमाल होंगे होतीयत है पहली गल तो ये कि ਉਨੇ ਜ਼ਹਿਰ ਸਾਹਿਬ ਨੇ ਦੱਸਿਆ ਕਿ ਅਸੀਂ ਫੋਕਸ ਕੀਤਾ ਪਰਣਾ ਤੇ ਪਹਿਲੀ ਗੱਲ ਤੇ ਵੀ ਕਿ ਬੜਾ ਸਾਡੇ ਇੱਕ ਅਲਮੀਆ ਕਿ ਅਸੀਂ ਚੰਗੇ ਕੰਮ ਦੀ ਤਾਰੀਫ ਨਹੀਂ ਕਰਦੇ ਬਿਲਕੁਲ ਇਹਦੇ ਵਿੱਚ ਅਸੀਂ ਬੜਾ ਬੁਖੀਲੀ ਅਸੀਂ ਵੀ ਬਾਕੀ ਬੁਖੀਲੀ ਦਾ ਸ਼ਿਕਾਰ ਹਾਂ ਔਰ ਤਾਰੀਫ ਤੇ ਖੁਦ ਅਸੀਂ ਕੁਰਾਨ ਪਾਕ ਦਾ ਜ਼ਿਕਰ ਕਰੀਏ ਅਗਰ ਤੇ ਕੁਰਾਨ ਪਾਕ ਸਾਰ ਬਾਰ ਜਦੋਂ ਕਿਹਾ ਜਾਂਦਾ ਹੈ ਕਿ ਫਾਬੀਯਾ ਯਾ ਅਲਾ ਰੱਬੀ ਕੁਮਾ ਤਕਜ਼ਬਾਨ ਬੁੜੇ ਦੀ ਤੌਰ ਤੇ ਇਹ ਅੱਲਾ ਦੀ ਤਾਰੀਫ ਉਹਦੀਆਂ ਜਿਹਨੀਆਂ ਕੁਦਰਤਾਂ ਨੇ ਉਹਨਾਂ ਨੂੰ ਤਸਲੀਮ ਕਰਨ ਵਾਲੀ ਗੱਲ ਹੈ ਔਰ ਬਾਰ ਬਾਰ ਕਿਹਾ ਗਿਆ ਇਸੇ ਤਰੀਕੇ ਨਾਲ ਜਿਸ ਤਰ੍ਹਾਂ ਉਹਦਾ ਬੰਦਾ ਕੋਈ ਕੰਮ ਬੰਦੇ ਵਾਸਤੇ ਕਰਦਾ ਹੈ ਤੇ ਉਹਨਾਂ ਨੂੰ ਵੀ ਤਸਲੀਮ ਕੀਤਾ ਜਾਣਾ ਚਾਹੀਦਾ ਹੈ ਇਹ ਤੇ ਇੱਕ ਪਬਲਿਕ ਮੈਸੇਜ ਹੈ ਔਰ ਸਾਨੂੰ ਸਾਰਿਆਂ ਨੂੰ ਇਹ ਗੱਲ ਨੂੰ ਸਮਝਣੀ ਚਾਹੀਦੀ ਹੈ ਬਿਲਕੁਲ ਅਗਰ ਅਸੀਂ ਇੱਕ ਦੂਸਰੇ ਦੇ ਇਹ ਕੰਮ ਨਹੀਂ ਕਰਾਂਗੇ ਤੇ ਸਮਾਜ ਦੇ ਵਿੱਚ ਸੁਧਾਰ ਨਹੀਂ ਆ ਸਕਦੀ ਬਿਹਤਰੀ ਅਲੇ ਗੱਲ ਨਹੀਂ ਜਾ ਸਕਦੀ ਗੱਲ ਕਰੀ ਅਸੀਂ ਪਾਣੀ ਦੀ ਤੇ ਪਾਣੀ ਤੇ ਜਿਹੜਾ ਫੋਕਸ ਕੀਤਾ ਗਿਆ ਖਾਸ ਤੌਰ ਤੇ 2000 ਦੇ ਵਿੱਚ ਜਦੋਂ ਇਹ ਦੇਖਿਆ ਗਿਆ ਕਿ ਚੀਜ਼ਾਂ ਬਹੁਤ ਸਾਰੀਆਂ ਤਬਦੀਲ ਹੋ ਰਹੀਆਂ ਨੇ ਔਰ এনवायरमेंट ਨੂੰ ਵੀ ਦੇਖਿਆ ਜਾ ਰਿਹਾ ਪਾਣੀ ਦਾ ਸਭ ਤੋਂ ਪਹਿਲਾ ਮਸਲਾ ਜਿਹੜਾ ਸਾਡੇ ਇਸ ਖਾਸ ਤੌਰ ਤੇ ਪੰਜਾਬ 'ਚ ਉਹ ਜਨੂਬੀ ਪੰਜਾਬ ਦੇ ਇਲਾਕਿਆਂ 'ਚ ਸੀ ਉਥੇ ਪਾਣੀ ਇਹੋ ਜਿਹਾ ਸੀ ਕਿ ਲੋਕ ਉਹ ਜਿਹੜਾ ਪਾਣੀ ਪੀਂਦੇ ਸੀ ਤੇ ਉਹ ਲੋਕਾਂ ਦੇ ਜਿਸਮ ਦੇ ਵਿੱਚ ਕੀੜੇ ਮਕੌੜੇ ਪੈਦਾ ਹੋ ਜਾਂਦੇ ਸੀ ਇਹ ਆਮ ਸ਼ਿਕਾਇਤ ਸਨ ਉਹਦੇ ਤੇ ਜਿਸ ਲਈ ਹਕੂਮਤੇ ਵਕਤ ਨੇ ਔਰ ਬਾਅਦ ਚ ਆਨ ਵਾਲੀਆਂ ਹਕੂਮਤਾਂ ਨੇ ਵੀ ਕੰਮ ਸ਼ੁਰੂ ਕੀਤਾ ਤੇ ਫਿਰ ਜ਼ਰੂਰਤ ਮਹਿਸੂਸ ਹੋਈ ਤੇ 2013 ਦੇ ਵਿਚ ਆ ਕੇ ਅਲਟੀਮੇਟਲੀ ਸਾਫ ਪਾਣੀ ਦੀ ਇੱਕ ਕੰਪਨੀ ਬਣੀ 2019 ਚ ਆ ਆਬੇ ਪਾਕ ਅਥਾਰਟੀ ਦਾ ਪੰਜਾਬੀ ਅਸੈਂਬਲੀ ਨੇ ਬਿਲ ਪਾਸ ਕੀਤਾ ਸਹੀ ਔਰ ਉਹਦੇ ਤੋਂ ਬਿਲ ਤੇ ਪਾਸ ਕਰ ਦਿੱਤਾ ਇੱਕ ਕਾਨੂੰਨ ਵੀ ਬਣ ਗਿਆ ਕਾਨੂੰਨ ਤੇ ਅਮਲ ਵੀ ਸ਼ੁਰੂ ਹੋ ਗਿਆ ਅਸਲ ਗੱਲ ਇਹ ਵੇ ਕਿ ਉਸ ਕਾਨੂੰਨ ਤੇ ਜਿਹੜਾ ਅਮਲ ਹੋ ਰਿਹਾ ਉਹਦੇ ਚ ਬਤੌਰ ਸ਼ਹਿਰੀ ਮੇਰਾ ਕੀ ਕਿਰਦਾਰ ਹੈ ਔਰ ਉਹੀ ਮੈਂ ਅੱਜ ਤੱਕ ਪੀਟੀਵੀ ਦੇ ਤਵਸੁੱਦ ਦੇ ਨਾਲ ਸਹੀ ਇਕ ਆਮ ਆਦਮੀ ਦਾ ਸਵਾਲ ਰਿਆਸਤ ਤੇ ਰਿਆਸਤ ਦੇ ਕਿ ਜ਼ਿੰਮੇਦਾਰ ਆਦਮੀ ਦੇ ਨਾਲ ਬਿਲਕੁਲ ਜ਼ਿੰਮੇਦਾਰ ਅਫੀਸਰ ਦੇ ਨਾਲ ਜ਼ਾਦ ਸਾਹਿਬ ਨੇ ਲੈ ਕਰ ਰਿਹਾ ਮੈਂ ਕਿ ਜ਼ਾਦ ਸਾਹਿਬ ਬਤੌਰ ਸ਼ਹਿਰੀ ਮੇਰੀ ਕੀ ਜ਼ਿੰਮੇਦਾਰੀ ਹੈ ਕਿ ਤੁਸੀਂ ਮੈਨੂੰ ਲਾ ਦਿੰਦੇ ਹੋ ਜਿਹੜਾ ਫਿਲਟਰ ਲਾ ਦਿੰਦੇ ਹੋ ਪੰਪ ਆਪੇ ਪਾਗ ਸਾਫ਼ ਪਾਣੀ ਫਰਮ ਕਰਨ ਦਾ ਮਰਕਜ਼ ਕਾਇਮ ਹੋ ਗਿਆ ਉਹਨੂੰ ਅੱਗੋਂ ਚਲਾਣਾ ਕਿੰਜ ਹੈ ਕੀ ਆ ਉਹਦੇ ਤੇ ਮੈਂ ਵਜ਼ੂ ਕਰਨਾ ਹੈ ਮੈਂ ਡੰਗਰਾਂੋਂੋਂ ਤੋਂ ਪਾਣੀ ਪੀਣਾ ਹੈ ਜਾਂ ਮੈਂ ਉਹ ਪਾਣੀ ਨੂੰ ਬਚਾਣਾ ਵੀ ਹੈ ਜਿੱਥੇ ਸਾਨੂੰ ਪਾਣੀ ਪੀਣ ਨੂੰ ਨਹੀਂ ਸੀ ਲੱਭਦਾ ਉਹਨੂੰ ਅਸੀਂ ਬਚਾ ਨਾ ਸਕੀ ਕਰਦੇ ਅਬੇ ਉਹ ਕਹਿੰਦੇ ਨੇ ਇਸ ਨੂੰ ਕਹਿੰਦੇ ਨੇ ਵੈਸਟ ਨੇ ਟਰਮ ਜਿਹੜੀ ਕੋਇਨ ਕਿਦਣਾ ਸਸਟੇਨੇਬਿਲਿਟੀ ਕਿ ਅਸੀਂ ਕਰੰਟ ਜਿਹੜੀ ਜਨਰੇਸ਼ਨ ਹੈ ਉਹਨਾਂ ਨੂੰ ਵੀ ਮਹਿਫੂਜ਼ ਕਰਨਾ ਹੈ ਪਾਣੀ ਦੀ ਸਾਫ ਸਫਾਈ ਦੇਣੀ ਤੇ ਅਗਲੀ ਜਨਰੇਸ਼ਨ ਵਾਸਤੇ ਵੀ ਅਸੀਂ ਕੰਮ ਕਰਨਾ ਹੈ ਤੇ ਇਹ ਫਿਰ ਇਸ਼ੂ ਬਣ ਜਾਂਦਾ ਹੈ ਕਲੀਨ ਵਾਟਰ ਦਾ ਸਸਟੇਨੇਬਿਲਿਟੀ ਦਾ ਤੇ ਰਾਜਿਤ ਸਾਹਿਬ ਜਿਸ ਤਰ੍ਹਾਂ ਇਹ ਗੱਲ ਕਰ ਰਹੇ ਤਾਇਰ ਸਾਹਿਬ ਨੇ ਗੱਲ ਕੀਤੀ ਹੈ ਕਿ ਕਿਸ ਤਰੀਕੇ ਨਾਲ ਸਾਡੀ ਅਸੀਂ ਇਹ ਅਥਾਰਟੀ ਕੰਮ ਕਰ ਰਹੀ ਹੈ ਇਦੀ ਖਿਦਮਤਾਂ ਦਾ ਦੱਸੋ ਕਿਸ ਤਰ੍ਹਾਂ ਇਹਨਾਂ ਨੇ ਜੋ ਹੈ ਆਪਣਾ ਜਿਹੜਾ ਮਨਸੂਬਾ ਨੂੰ ਲਾਅ ਲ ਤਿਆਰ ਸਾਹਿਬ ਨੇ ਬਿਲਕੁਲ ਸਹੀ ਗੱਲ ਕੀਤੀ ਹੈ ਕਿ ਜਦੋਂ ਪਲਾਂਟ ਲੱਗ ਜਾਂਦਾ ਹੈ ਫਿਲਟਰੇਸ਼ਨ ਦਾ ਪਹਿਲੇ ਤੇ ਮੈਂ ਕਹਾਂਗਾ ਕਿ ਫਿਲਟਰੇਸ਼ਨ ਪਲਾਂਟ ਦਾ ਲਫ਼ਜ਼ ਜਿਹੜਾ ਨਾ ਉਹ ਥੋੜਾ ਜਿਹਾ ਅਸੀਂ ਉਹਨੂੰ ਛੱਡਿਆ ਉਹਦੀ ਜਗ੍ਹਾ ਆਬੇ ਮਰکز-ਏ-ਆਬ ਦਾ ਨਾਮ ਲਫ਼ਜ਼ ਉਹਦਾ ਇੱਕ ਮਕਸਦ ਹੈ ਉਹਦਾ ਮਕਸਦ ਹੈ ਵੇ ਕਿ ਇੱਥੇ ਲੋਕਾਂ ਦਾ ਖਿਆਲ ਸੀ ਕਿ ਜਿੱਥੇ ਵੀ ਪਾਣੀ ਜ਼ਮੀਨ ਚੋਂ ਕੱਢੋ ਜਾਂ ਜਿੱਥੋਂ ਵੀ ਹਾਸਲ ਕਰੋ ਉਹਨੂੰ ਫਿਲਟਰੇਸ਼ਨ ਜ਼ਰੂਰ ਕਰੋ ਇਹ ਉਹਨਾਂ ਨੇ ਇੱਕ ਕਨਸੈਪਟ ਬਣਾ ਲਿਆ ਸੀ ਅੱਛਾ ਇਹ ਸੋਚੇ ਬਗੈਰ ਕਿ ਉਹ ਪਾਣੀ ਦੀ ਕੁਆਲਿਟੀ ਪਹਿਲੇ ਹੀ ਅਗਰ ਠੀਕ ਹੋਵੇ ਤਾਂ ਫਿਰ ਤੇ ਨਹੀਂ ਜ਼ਰੂਰਤ ਫਿਲਟਰੇਸ਼ਨ ਪਲਾਂਟ ਦੀ ਬਿਲਕੁਲ ਕਈ ਦਫਾ ਹੁੰਦਾ ਹੈ ਕਿ ਜ਼ਮੀਨ ਚੋਂ ਤੁਸੀਂ ਪਾਣੀ ਜਦੋਂ ਇੱਕ ਅਖਸ ਕਰਦੇ ਹੋ ਟਿਊਬਵਲ ਦੇ ਜ਼ਰੀਏ ਚਾਹੇ ਲਾਹੌਰ ਹੋਵੇ ਸਿਆਲਕੋਟ ਡਸਕਾ ਜਿੱਥੇ ਵੀ ਪਾਣੀ ਮਿੱਠਾ ਅਵੇਲੇਬਲ ਹੈ ਗੁਜਰਾਣਾ ਵਾਲਾ ਬਿਲਕੁਲ ਉਹਨੂੰ ਕਈ ਦਫਾ ਜ਼ਮੀਨ ਚੋਂ ਕਢੋ ਤੇ ਉਹਦੇ ਚੋਂ ਨਾ ਜਰਾਸੀਮ ਹੁੰਦੇ ਨੇ ਨਾ ਨਮਕੀਅਤ ਜ਼ਿਆਦਾ ਹੁੰਦੇ ਨੇ ਸਿਰਫ 0.4 ਪਾਈਪਾਂ ਚ ਨਗਾਉਣ ਵਾਸਤੇ ਸਾਨੂੰ ਕਲੋਰੀਨ ਪਾਣੀ ਹੀ ਕਾਫੀ ਹੁੰਦੀ ਹੈ ਤਾਂ ਕਿ ਜਰਾਸੀਮ ਰਸਤੇ ਚ ਨਾ ਪੈ ਜਾਣ ਉਹ ਬਿਲਕੁਲ ਤੋਂ ਉਹ ਸੋਰਜ ਫਿਲਟਰੇਸ਼ਨ ਪਲੈਂਟ ਦੀ ਲੋੜ ਨਹੀਂ ਹੈ ਕਿਸੇ ਜਗ੍ਹਾ ਤੇ ਸਾਨੂੰ ਐਸਾ ਪਾਣੀ ਚ ਘਾਤਫਤ ਮਿਲਦੀ ਹੈ ਕਿ ਨਮਕੀਆ ਜ਼ਿਆਦਾ ਨੇ ਤੁਹਾਨੂੰ ਫਿਲਟਰ ਕਰਨਾ ਪਿਆ ਜਾਂਦਾ ਹੈ ਤੇ وجہ ਕੀ ਇਹਦੀ ਵਜੂਹਾਂ ਕੀ ਨੇ ਕਿਉਂ ਇਸ ਤਰ੍ਹਾਂ ਹੁੰਦਾ ਹੈ ਕੁਝ ਇਲਾਕੇ ਚ ਖਾਰਾ ਪਾਣੀ ਮੌਜੂਦ ਹੈ ਕੀ ਵਜ੍ਹਾ ਹੈ ਜਿਹੜੀ ਉਹ ਮੈਂ ਮੁਜ਼ਾਰਸ਼ ਕਰ ਰਹੀ ਸੀ ਕਿ ਜਿਹੜਾ ਜ਼ਮੀਨ ਦੇ نیچے ਪਾਣੀ ਹੈ ਉਹ ਇੱਕ ਤੇ ਦਰਿਆਵਾਂ ਨਾਲ ਉਹਦਾ ਬੜਾ ਤਾਲੁਕ ਹੈ ਸਹੀ ਜਿਹੜੀ ਆਬਾਦੀਆਂ ਦਰਾ ਦੇ ਬਿਲਕੁਲ ਕੰਢੇ ਤੇ ਆਬਾਦ ਨੇ ਉਹ ਦਰਿਆ ਦੇ ਨਾਲ ਨਾਲ ਨੇ ਉਸ ਜ਼ੇਰੇ ਜ਼ਮੀਨ ਦੇ ਸੇ ਲਾਹੌਰ ਦਾ ਮਿਸਾਲ ਹੈ ਲਾਹੌਰ ਦੇ ਵਿੱਚ ਜ਼ਮੀਨ ਦੇ ਥੱਲੇ ਵੀ ਇੱਕ ਦਰਿਆ ਵਗਦਾ ਹੈ ਰਾਵੀ ਦਰਿਆ ਉਤੋਂ ਚੱਲਦਾ ਪਿਆ ਤੇ ਥੱਲੇ ਉਹਦੇ ਨਾਲ ਪੈਰਲਲ ਜਾਂ ਮਤਵਾ ਨੀਵਾ ਵੀ ਚੱਲ ਰਿਹਾ ਹੈ। ਅੱਛਾ। ਅੱਛਾ ਉਹ ਹੁਣ ਦਰਿਆ ਹਿਮਾਲਿਆ ਤੋਂ ਚੱਲਿਆ ਔਰ ਅੱਗੋਂ ਦਰਿਆ ਦੇ ਨਾਲ-ਨਾਲ ਚੱਲਦਾ ਜਾ ਰਿਹਾ ਔਰ ਦਰਿਆ ਦੀ ਜਿਹੜੀ ਸੀਪੇਜ ਹੋ ਰਹੀ ਏ ਜਿਹੜਾ ਦਰਿਆ 'ਚ ਪਾਣੀ ਥੱਲੇ ਜਾ ਰਿਹਾ ਉਹਦੇ ਵਿੱਚ ਜਾਈ ਜਾ ਰਿਹਾ ਤੇ ਉੱਥੇ ਪਾਣੀ ਮਿੱਠਾ ਹੈ। ਜਿੱਥੇ ਦਰਿਆ ਦੇ ਨਾਲ-ਨਾਲ ਦੀ ਵਾਦੀ ਹੋਏਗੀ ਮਿੱਠਾ ਹੋਏਗਾ। ਮਿੱਠਾ ਪਾਣੀ ਹੋਏਗਾ। ਇਸ ਤਰ੍ਹਾਂ ਫੈਸਲਾਬਾਦ ਦੇ ਜਨੂਬੀ ਪੰਜਾਬ ਹੈ। ਜਾਂ ਸਰਗੋਦਾ ਹੈ। ਹਮਮਤਲਿਫ ਐਸੇ ਇਲਾਕੇ ਨੇ ਪਾਕਟਸ ਨੇ ਜਿੱਥੇ ਪਾਣੀ ਖਾਰਾ ਹੈਗਾ। ਹਾਂ ਬਿਲਕੁਲ ਔਰ ਉਸ ਦੇ ਵਿੱਚ ਸਾਨੂੰ ਹੋਰ ਤਰੀਕਾ ਤੋਂ ਇਸ ਲਈ ਜਿਹੜਾ ਕਹਿੰਦਾ ਕਿ ਹਰ ਜਗ੍ਹਾ ਫਿਲਟਰੇਸ਼ਨ ਪਲਾਂਟ ਹੀ ਲਾਈ ਜਾਓ ਉਹ ਵੀ ਮناسب ਨਹੀਂ ਹੈ ਇਸ ਲਈ ਪੰਜਾਬੇ ਪੰਜਾਬ ਆਵੇ ਵਕ ਅਥਾਰਟੀ ਨੇ ਇਹ ਕੀਤਾ ਕਿ ਜਿਸ ਤਰ੍ਹਾਂ ਦਾ ਪਾਣੀ ਹੋਏਗਾ ਉਸ ਤਰ੍ਹਾਂ ਦਾ ਹੀ ਅਸੀਂ ਸੋਲੂਸ਼ਨ ਕਢਾਂਗੇ ਉਹਦਾ ਨਾਮ ਰੱਖਾਂਗੇ ਮਰਕਜ਼ ਆਬ ਹਾਂ अच्छा हर मुक इलाके ਦੇ ਹਿਸਾਬ ਨਾਲ ਤੁਸੀਂ ਇਹਨਾਂ ਨੂੰ ਫਿਰ ਅਸੈਸਮੈਂਟ ਕਰੋਗੇ ਫਿਰ ਤੁਸੀਂ ਦੇਖੋਗੇ ਕਿ ਕਿਸ ਤਰ੍ਹਾਂ ਅਸੀਂ ਕਿਸ ਤਰ੍ਹਾਂ ਅਸੀਂ ਪਲਾਂਟ ਲਗਾਵਾਂਗੇ ਜੀ ਮਿਸਾਲ ਦੇ ਤੌਰ ਤੇ ਰਨਾਲਾ ਖੋਰ ਦੇ ਇੱਕ ਜਗ੍ਹਾ ਕੁਆੜੇ ਦੇ ਵਿੱਚ ਜੀ ਉਸ ਪਿੰਡ ਦੇ ਵਿੱਚ ਜ਼ਮੀਨ 'ਚ ਨਮਕੀਅਤ ਕੋਈ ਇੰਨੇ ਜ਼ਿਆਦਾ ਸਾਨ ਕਿ ਉਹ ਕੋਈ ਦਿਨ ਉਹ ٹی ਡੀ ਐਸ ਕਹਿੰਦੇ ਨੇ ਉਹ ਮਿਲੀਗ੍ਰਾਮ ਫੀ ਲੀਟਰ ਚੋਦੀ ਹੈ ਕਾ ਫਿਲਟਰ ਨਾਲ ਨਹੀਂ ਜਾ ਸਕਦੇ ਉਹ ਫਿਲਟਰ ਨਾਲ ਜਾਂਦੇ ਵੀ ਸਨ ਤੇ ਫਿਲਟਰ ਦੀ ਲਾਈਫ ਹੀ 6 ਮਹੀਨੇ ਬਾਅਦ ਖਤਮ ਹੋ ਸਕਦੀ ਸੀ ਕਿਉਂਕਿ ਇਹਨਾਂ ਦੇ ਜ਼ਿਆਦਾ ਉਹਦੇ ਚ ਜ਼ਿਆਦਾ ਕੈਮੀਕਲ ਜ਼ਿਆਦਾ ਸਨ ਨਮਕਿਆਤ ਜ਼ਿਆਦਾ ਨਮਕੀਆਤ ਜ਼ਿਆਦਾ ਹਨ ਉਹ ਕੈਮੀਕਲੀ ਉਹਨੂੰ ਸਮਾਰ ਕਰ ਸਕਦੇ ਹੋ ਨਮਕਿਆਤ ਨੂੰ ਅੱਛਾ ਉਹਦੇ ਚ ਅਸੀਂ ਇਹ ਕੀਤਾ ਕਿ ਉਹਦੀ ਨਹਿਰ ਦਾ ਪਾਣੀ ਲੈ ਕੇ ਹੂੰ ਉਹਨੂੰ ਇੱਕ ਕੰਟੇਨਰ ਦੇ ਵਿੱਚ ਉਹਨੂੰ ਅਸੀਂ ਫਟਕੜੀ ਪਾ ਕੇ ਉਹਨੂੰ ਪੂਰਾ ਆਟੋਮੈਟਿਕ ਸਿਸਟਮ ਕੀਤਾ ਅੱਛਾ ਕਿ ਪਹਿਲੇ ਉਹਨੂੰ ਫਟਕੜੀ ਉਹਨੂੰ ਇਕੱਠਾ ਕਰਦੀਏ ਜ਼ਰਾਦ ਨੂੰ ਤਾਂ ਕਿ ਭਾਰੇ ਹੋ ਜਾਣ ਫਿਰ ਬਹਿ ਜਾਣ ਥੱਲੇ अच्छा फिर अगले चोनु बजरी ਤੇ ਰੇਤ ਦਾ ਫਿਲਟਰੇਸ਼ਨ ਜੋ ਗੁਜ਼ਾਰ ਕੇ ਫਿਰ ਕਲੋਰੀਨ ਕਰਕੇ ਲੋਗਾਂ ਨੂੰ ਦੋ ਪਿੰਡਾਂ ਜਿਸ ਸਪਲਾਈ ਕਰਦਾ ਹੁਣ ਇੱਥੇ ਤਾਂ ਇਹ ਸੋਲੂਸ਼ਨ ਨਿਕਲਿਆ ਇਹਦਾ ਮਤਲਬ ਜਿਹੜੇ ਦੋ ਮਰਾਕਜ਼ ਆਬ ਦੇ ਨਾਲ ਨਾਲ ਖੁਰਦ ਦੇ ਨੇ ਉੱਥੇ ਅਸੀਂ ਨਹਿਰ ਦਾ ਪਾਣੀ ਲੋਗਾਂ ਨੂੰ ਟ੍ਰੀਟ ਕਰਕੇ ਪਹਲਾ ਰਹੇ ਹਾਂ ਤਾਂ ਉਹਦਾ ਪ੍ਰੋਸੈਸ ਹੋ ਰਿਹਾ ਜਿਹੜੀ ਗੱਲ ਫੋਰਟ ਮਨਰੋ ਦੀ ਇਹ ਜਿਹੜੇ ਜਿਸੇ ਲੋਕ ਤਲਾਬ ਦਾ ਪਾਣੀ ਪੀਂਦੇ ਸਨ ਉੱਥੇ ਅਸੀਂ ਐਸੇ ਹੈਂਡ ਪੰਪ ਮੁਤਾਰਫ ਕਰਾਏ 31 ਜਗ੍ਹਾ ਤੇ اچھا ਜਿਹੜੇ ਕਿ ਫਿਲਟਰ ਵੀ ਕਰ ਦਿੰਦੇ ਨੇ ਨਾਲ ਹੀ ਕਿਉਂਕਿ ਉੱਥੇ ਬਿਜਲੀ ਵੀ ਨਹੀਂ ਸੀ ਤੇ ਤਲਾਬ ਦੇ ਕੰਢਿਆਂ ਤੇ ਅਸੀਂ ਇੱਕ ਇੱਕ ਹੈਂਡਪੰਮ ਲਾ ਦਿੱਤਾ ਐਸਾ ਜਿਹੜਾ ਕਿ ਫਿਲਟਰ ਵੀ ਕਰ ਦਵੇ ਉੱਥੇ ਉਹ ਸੋਲੂਸ਼ਨ ਕੱਢਿਆ ਠੀਕ ਹੈ ਜਿੱਥੇ ਸਾਨੂੰ ਚੱਕ ਜੁਮਰਾ ਫੈਸਲਾਬਾਦ ਹੈ ਉੱਥੇ ਨਹਿਰ ਦੇ ਕੰਢੇ ਤੇ ਪਾਣੀ ਮਿੱਠਾ ਸੀ ਪਿੰਡ 'ਚ ਖਾਰਾ ਪਾਣੀ ਸੀ ਅਸੀਂ ਨਹਿਰ ਦੇ ਕੰਢੇ ਤੇ ਟਿਊਬ ਲਾਇਆ ਉਹਨੂੰ ਪਿੰਡ ਤੱਕ ਪਹੁੰਚਾਤਾ 15 ਪਿੰਡਾਂ ਤੱਕ ਪਹੁੰਚਾਇਆ ਅੱਛਾ ਤੁਸੀਂ ਬੜੇ ਮਾਸ਼ਾਅੱਲਾ ਕੰਮ ਬੜੇ ਅੱਛੇ ਕਿੱਤੇ ਨੇ ਬੜੀ ਸਰਗਰਮੀਆਂ ਤੁਸੀਂ ਇਨ ਰਹੇ ਹੋ ਤੇ ਬੜੀ ਖidmat ਸਰਨਜਾਮ ਦੇ ਰਹੇ ਆ ਬੇਪਾਕ ਅਥਾਰਟੀ ਦਾ ਫੈਕਟ ਪਰ ਤੁਸੀਂ ਕੀ ਵੇਖਿਆ ਹੈ ਇਹਦਾ ਇੰਪੈਕਟ ਕੀ ਆਇਆ ਫਿਰ ਪਹਿਲਾਂ ਤਾਂ ਇੰਪੈਕਟ ਆਇਆ ਕਿ ਕਈ ਲੋਕਾਂ ਨੇ ਤੇ ਪਹਿਲੀ ਵਾਰੀ ਮਿੱਠਾ ਪਾਣੀ ਦੇਖਿਆ ਜ਼ਿੰਦਗੀ ਜਿਸ ਸਮੇਂ ਨਾਲ ਨਾਲ ਹੋਰ ਦੇ ਪਿੰਡ ਦੀ ਗੱਲ ਕਰ ਰਹੇ ਆ ਉਹਨਾਂ ਨੇ ਦੇਖਿਆ ਕਿ ਮਤਲਬ ਕਦੀ ਕਹਿੰਦੇ ਨੇ ਅਸੀਂ ਮਿੱਠਾ ਪਾਣੀ ਨਹੀਂ ਦੇਖਿਆ ਸੀ ਜਦੋਂ ਉਹ ਨਹਿਰ ਦਾ ਅਸੀਂ ਸਾਫ਼ ਕਰਨਾ ਸ਼ੁਰੂ ਕੀਤਾ ਜਗ ਜੁਮਰਾ ਦੇ ਜਿਹੜੇ ਪਿੰਡ 15 ਪਿੰਡ ਨੇ ਜਿੱਥੇ ਅਸੀਂ ਪਾਣੀ ਦਿੱਤਾ ਉਹਨਾਂ ਲਈ ਬੜੀ ਖੁਸ਼ੀ ਦੀ ਖਬਰ ਸੀ ਲੇਕਿਨ ਇੱਕ ਚੀਜ਼ ਅਸੀਂ ਮਹਿਸੂਸ ਕੀਤੀ ਹੈ ਮੈਂ ਇੱਕ ਸਰਕਾਰੀ ادارے ਨੂੰ ਹੈਡ ਕਰ ਰਿਹਾ ਹਾਂ ਕਿ ਜਿਹੜੀ ਪਬਲਿਕ ਹੈ ਜਾਂ ਤੇ ਉਹਨਾਂ ਨੂੰ ਪਾਣੀ ਨਹੀਂ ਮਿਲ ਰਿਹਾ ਹੁੰਦਾ ਤਾਂ ਖਾਸੇ ਪਰੇਸ਼ਾਨ ਹੁੰਦੇ ਨੇ ਔਰ ਹੁਣਾਂ ਵੀ ਚਾਹੀਦਾ ਹੈ ਰਿਆਸਤ ਦੀ ਜ਼ਿੰਮੇਵਾਰੀ ਹੈ ਪਾਣੀ ਦੇਣਾ ਅਸੀਂ ਉਹਨਾਂ ਨੂੰ ਪਾਣੀ ਦੇ ਦਿੰਨੇ ਆ ਉਸ ਤੋਂ ਬਾਅਦ ਉਸ ਨੂੰ ਪਾਣੀ ਦੀ فراਹਮੀ ਚ ਜਿਸ ਨਾਲ ਬਿਜਲੀ ਤੁਹਾਡੇ ਘਰ ਆ ਰਹੀ ਹੈ ਗੈਸ ਆ ਰਹੀ ਹੈ ਤੁਸੀਂ ਹਰ ਮਹੀਨੇ ਦਾ ਬਿੱਲ ਦਿੰਦੇ ਹੋ ਹਮ ਉਦ ਨਾਲ ਉਹਦੀ ਤਸਵੀਲ ਦਾ ਖਰਚਾ ਪੂਰਾ ਹੁੰਦਾ ਕੋਸਟ ਅਟੈਚ ਹੈ ਸਾ ਕੋਸਟ ਅਟੈਚ ਹੈ ਪਾਣੀ ਦਾ ਉਹਨਾਂ ਨੇ ਅਸਿਊਮ ਕੀਤਾ ਹੋਇਆ ਹੈ ਇਹ ਤਸੱਵਰ ਕੀਤਾ ਹੋਇਆ ਹੈ ਕਿ ਇਹਦਾ ਬਿੱਲ ਨਹੀਂ ਦੇਣਾ ਅੱਛਾ ਉਹ ਫਿਰ ਨਤੀਜਾ ਤੁਸੀਂ ਫਿਰ ਬਿੱਲ ਵੀ ਲੈ ਲੈਂਦੇ ਲੋਕਾਂ ਕੋਲੋਂ ਸ਼ਹਿਰਾਂ 'ਚ ਫਿਰ ਵੀ ਦੇ ਦਿੰਦੇ ਨੇ ਬਿੱਲ ਜਿਸ ਨਾਲ ਲੋਅ ਬਸ ਬਿਲਕੁਲ ਪਾਣੀ ਦਾ ਬਿੱਲ ਤਾਂ ਸ਼ਹਿਰਾਂ 'ਚ ਆ ਜਾਂਦਾ ਹੈ ਲੇਕਿਨ ਪਿੰਨਾ 'ਚ ਉਹਨਾਂ ਦਾ ਤਸੱਵਰ ਹੈ ਕਿ ਅਸੀਂ ਨਾ ਬਿੱਲ ਨਹੀਂ ਦੇਣਾ ਤਾਂ ਉਹ ਫਿਰ ਜਦੋਂ ਉਹਦਾ ਬਿਜਲੀ ਦਾ ਬਿੱਲ ਵੀ ਆਣਾ ਉਸ ਮਰਕਜ਼ੇ ਆਪ ਦਾ ਉੱਥੇ ਚੌਕੀਦਾਰਾ ਵੀ ਕਰਨਾ ਹੈ ਬਿਲਕੁਲ ਇਹਦੀ ਇੱਕ ਰਿਕਰਿੰਗ ਕੋਸਟ ਹੈ ਨਾ ਰਿਕਰਿੰਗ ਕੋਸਟ ਹੈ ਉਹਦੇ ਲਈ ਉਹਨਾਂ ਨੂੰ ਥੋੜਾ ਜਿਹਾ ਆਮਾਦਾ ਕਰਨ ਦੀ ਜਾਂ ਕਾਇਲ ਕਰਨ ਦੀ ਲੋੜ ਹੈ ਕਿ ਤੁਹਾਡਾ ਹੀ ਅਸਾਸਾ ਹੈਗਾ ਤੁਹਾਡੇ ਬਿਲਕੁਲ ਤੁਹਾਡੇ ਵਾਸਤੇ ਹੀ ਤੁਹਾਡੇ ਵਾਸਤੇ ਇਹਨੂੰ ਚਲਾਣ ਦੇ ਪੈਸੇ ਕਮਨਸ ਕਮ ਤੁਸੀਂ ਚੰਦਾ ਕਰਕੇ ਜਾਂ ਬਿੱਲ ਦੀ ਸ਼ਕਲ ਸਾਨੂੰ ਦੇ ਦਿਆ ਕਰੋ ਕਿਉਂਕਿ ਰਿਆਸਤ ਸਾਡੇ ਸਾਡੇ ਟੈਕਸਾਂ ਨਾਲ ਹੀ ਚੀਜ਼ ਲਾ ਕੇ ਦਿੰਦੀ ਹੈ ਉਸ ਤੋਂ ਬਾਅਦ ਉਹਨੂੰ ਚਲਾਣ ਦੇ ਵੀ ਹੁਣ ਟੈਕਸ ਦੇ ਬੰਦਾ ਲਾਹੌਰ ਦਾ ਦੇ ਰਿਹਾ ਹੈ ਲੇਕਿਨ ਇਸਤੇਮਾਲ ਹੋ ਰਿਹਾ ਹੋਵੇ ਕਿਸੇ ਹੋਰ ਲਾਕੇ ਚ ਤੋਂ ਬਿਹਤਰ ਹੈ ਕਿ ਮਕਾਮੀ ਦੌਰ ਤੇ ਲੋਕ ਉਹਦਾ ਰੈਵਨਿਊ ਜਨਰੇਟ ਕਰੇ ਰੈਵਨਿਊ ਜਨਰੇਟ ਕਰੇ ਬਿਲਕੁਲ ਤੇ ਇਹ ਸੈਲਫ ਸਫੀਸ਼ੀਐਂਟ ਵੀ ਹੋਵੇ ਤੇ ਸਸਟੇਨੇਬਲ ਵੀ ਹੋਵੇ ਅੱਛਾ ਤਾਇਰ ਸਾਹਿਬ ਸਾਫ ਪਾਣੀ ਜਦੋਂ ਨਹੀਂ ਹੁੰਦਾ ਤਾਂ ਮختلف ਕਿਸਮ ਦੀਆਂ ਬਿਮਾਰੀਆਂ ਤੇ ਮختلف ਕਿਸਮ ਦੇ ਮਸਾਇਲ ਪੈਦਾ ਹੁੰਦੇ ਨੇ ਤੁਸੀਂ ਜਰਾ ਇਸ ਤੇ ਗੱਲ ਕਰੋ ਇਸ ਤੋਂ ਇਸ ਗੱਲ ਦਾ ਅਗਰ ਅਸੀਂ ਅੰਦਾਜ਼ਾ ਲਾਣਾ ਹੈ ਤੇ ਅਸੀਂ ਦੇਖੀਏ ਕਿ ਸਾਡੇ ਕੋਲ ਪਿੰਡਾਂ ਦੇ ਵਿੱਚ ਜਾਂ ਇਸ ਜਗ੍ਹਾ ਤੇ ਪਾਣੀ ਸਾਫ਼ ਨਹੀਂ ਹੈ ਉੱਥੇ ਗੈਰ ਰਜਿਸਟਰਡ ਔਰ ਜਿਹਨੂੰ ਅਸੀਂ ਤਾਈ ਕਹਿੰਦੇ ਆ ਹੂੰ या नॉन रजिस्टर्ड मेडिकल प्रैक्टिशनर्स ने अच्छा। ने नदी तादाद कि बिल्कुल बुनियादी वजह सा खुराक की गैर मतवाज़न होना और दा, अलूदा पानी दा आलूदा पानी का इस्तेमाल होना अच्छा। इस गल का अंदाज़ अस् गल बड़े आराम ना ला सकने हैं और जिसले ये देखने मुआवजना करने कि एक इलाके पानी साफ है और उज नहीं है ਦੂਸਰੇ ਇਲਾਕੇ ਚ ਪਾਣੀ ਸਾਫ ਨਹੀਂ ਹੈ ਤੇ ਉਥੇ ਇਹ ਬਿਮਾਰੀਆਂ ਕਿਉਂ ਨੇ ਪਾਣੀ ਨੂੰ ਸਾਫ ਰੱਖਣਾ ਸੇ ਜ਼ਰੂਰੀ ਹੈ ਵੇ ਕਿ ਅਸੀਂ ਆਪਣੇ ird girda ਮਾਹੌਲ ਵੀ ਸਾਫ ਰੱਖੀਏ ਬਿਲਕੁਲ ਔਰ ਉਹ ਸਾਰੇ ਚੀਜ਼ਾਂ ਤੋਂ ਬਚੀਏ ਜਿੱਥੋਂ ਪਾਣੀ ਅਲੂਦਾ ਹੁੰਦਾ ਇੱਕ ਐਸੀ ਸਟੱਡੀ ਸਾਹਮਣੇ ਆਈ ਕਿ ਜਿਹੜੇ ਇਲਾਕਿਆਂ ਦੇ ਵਿੱਚ ਇਸ ਸ਼ਹਿਰ ਦੇ ਵਿੱਚ ਜਿਹੜੇ ਇਲਾਕਿਆਂ ਚ ਮਤਲਬ ਮੁਰਾਦ ਮੇਰੀ ਲਾਹੌਰ ਸ਼ਹਿਰ ਹੈ ਜੀ ਜੀ ਲਾਹੌਰ ਸ਼ਹਿਰ ਦੇ ਵਿੱਚ ਐਸੇ ਇਲਾਕੇ ਸਨ ਜਿਨ੍ਹਾਂ ਦੇ ਅੰਦਰ ਪਾਣੀ ਬਹੁਤ ਸਾਫ ਸੀ ਅੱਛਾ ਲੇਕਿਨ ਉਹ ਪਾਣੀ ਹੁਣ ਉਹਨਾਂ ਸਾਫ ਨਹੀਂ ਰਿਹਾ ਜਾਂ ਆਲੂਦਾ ਹੋ ਚੁੱਕਿਆ ਹੈ ਜਾਂ ਉਹਨਾਂ ਸਾਫ ਨਹੀਂ ਰਿਹਾ ਸਾਫ ਨਹੀਂ ਰਿਹਾ ਜਿਨ੍ਹਾਂ ਚ ਅਸੀਂ ਰਾਵੀ ਦੇ ਕਿਨਾਰੇ ਦੀ ਹੀ ਅਗਰ ਗੱਲ ਕਰੀਏ ਉਹਨਾਂ ਚ ਮਹਿਮੂਦ ਬੂਟੀ ਦਾ ਇਲਾਕਾ ਹੈ ਉਹਨਾਂ ਸ਼ਾਦ ਬਾਗ ਦਾ ਕਰੋਲ ਕਾਟੀ ਦਾ ਮਿਸੀ ਸ਼ਾਦੀ ਉਹ ਸਾਰੇ ਇਲਾਕੇ ਨੇ ਇਹ ਸਾਰੇ ਫੈਕਟਰੀਆਂ ਦੇ ਇਲਾਕੇ ਸਨ ਫੈਕਟਰੀਆਂ ਤੇ ਫਿਰ ਤੁਸੀਂ ਬੜੇ ਬੜੀ ਗਲੂਦਾ ਨੇ ਪਰ ਤੁਸੀਂ ਉਹਨਾਂ ਦਾ ਜਿਹੜਾ ਜਿਹਨੂੰ ਅਸੀਂ ਨਿਕਾਸੀ ਆਪ ਕਹਿੰਦੇ ਆ ਉਹਨਾਂ ਦਾ ਜਿਹੜਾ ਪਾਣੀ ਸੀ ਉਹ ਸੀ ਨਹੀਂ ਤੇ ਉਹ ਗਰਾਮ ਚਾਰੀ ਅਸੀਂ ਉਹ ਜ਼ਮੀਨ 'ਚ ਵੀ ਗਏ ਦਰਿਆ 'ਚ ਵੀ ਗਏ ਉਹ ਐਸੀ ਹੀ ਕੰਡੀਸ਼ਨ ਐ ਤੇ ਪਾਣੀ ਬੜਾ ਅਲੂਦਾ ਪਾਣੀ ਹੈ ਜਿਹੜਾ ਫੈਕਟਰੀਆਂ ਤੋਂ ਆਉਂਦਾ ਹੈ ਸਭ ਤੋਂ ਵਰਸਟ ਕੰਡੀਸ਼ਨ ਜਿਹੜੀ ਹੈ ਜਿਹੜਾ ਜਿਸ ਵੇਲੇ ਆਲਮੀ تنظیماں ਨੇ ਔਰ ਪਾਕਿਸਤਾਨ ਦੀ حکومت ਨੇ ਵੀ ਖਾਸ ਤੌਰ ਤੇ توجہ ਦਿੱਤੀ ਉਹ ਉਸ ਵੇਲੇ ਦਿੱਤੀ ਜਿਸ ਵੇਲੇ قصور دے ਜਿਹੜੀ ਟੈਂਡਰੀ ਦੇ ਇਲਾਕੇ ਸਨ ਉਥੋਂ ਦੇ ਲੋਕ ਕੈਂਸਰ ਜੀਆਂ ਜਿਹੜੀ ਅਸੀਂ ਇੰਤਹਾਈ ਅਸੀਂ ਕਿਨੇ ਕਿ ਮੌਜੀ ਮਾਰਜ਼ ਹੈ ਉਹਦੇ ਉਹਦੀਆਂ علاماتਾਂ سامنے ਆਈਆਂ ਲੋਕ ਦਸ਼ਕਾਰ ਹੋਏ ਤੇ ਫਿਰ ਤੇਜ਼ੀ ਨਾਲ ਤਵਜੋਹ ਦਿੱਤੀ ਗਈ ਇਧਰ اسی ਤਰੀਕੇ ਨਾਲ ਜੇ ਤੁਸੀਂ ਪਾਣੀ ਨੂੰ ਅਲੂਦਾ ਹੋਣ ਦਿੰਦੇ ਆ ਤੇ ਉਸ ਲਈ ਅਸੀਂ ਖਿਆਲ ਨਹੀਂ ਰੱਖਦੇ ਅਸੀਂ ਲਾਪਰਵਾਹ ਹੋ ਜਾਂਦੇ ਹਾਂ ਹਰ ਚੀਜ਼ ਹਕੂਮਤ ਨੇ ਨਹੀਂ ਕਰਨੀ ਬਿਲਕੁਲ ਫੈਕਟਰੀਆਂ ਨੂੰ ਕੀ ਪਰਵਾਹ ਹਰ ਚੀਜ਼ ਹਕੂਮਤ ਨੇ ਨਹੀਂ ਕਰਨੀ ਅਜ਼ਾਦ ਸਾਹਿਬ ਦੀ ਜ਼ਿੰਮੇਵਾਰੀ ਹੈ ਕੱਲ ਇਹ ਜ਼ਿੰਮੇਵਾਰੀ ਤੁਹਾਡੇ ਤੇ ਆ ਸਕਦੀ ਹੈ ਮੇਰੇ ਤੇ ਆ ਸਕਦੀ ਹੈ ਸਾਡੇ ਕਿਸੇ ਸੁਣਨ ਔਰ ਦੇਖਣ ਵਾਲੇ ਤੇ ਆ ਸਕਦੀ ਹੈ ਉਹਨੂੰ ਫਿਰ ਪਤਾ ਲੱਗੇਗਾ ਕਿ ਜ਼ਿੰਮੇਵਾਰੀਆਂ ਹੁੰਦੀਆਂ ਕੀ ਨੇ ਔਰ ਇਹ ਨਿਭਾੜੀਆਂ ਕਿੰਜ ਪੈਂਦੀਆਂ ਬਿਲਕੁਲ ਸਵਾਲ ਇਹ ਵੇ ਮੈਂ ਜ਼ਾਦ ਸਾਹਿਬ ਕੋਲੋਂ ਇੱਕ ਪਬਲਿਕ ਦੇ ਇੰਟਰਸਟ ਇੱਕ ਸਵਾਲ ਪੁੱਛਣਾ ਚਾਹਾਂਗਾ ਪਿੰਡਾਂ ਦੇ ਵਿੱਚ ਇੱਕ ਅੱਛਾ ਕੰਮ ਹੋਏ ਹੋਇਆ ਹੈ ਕਿ ਅਸੀਂ ਬੈਤੁਲ ਖੁਲਾ ਬਣਾਣਾ ਸ਼ੁਰੂ ਕੀਤੇ ਨੇ ਉਹ ਬੈਤੁਲ ਖਲਾਦ ਦੇ ਨਾਲ-ਨਾਲ ਵੀ ਸਾਡੇ ਨਲਕੇ ਲੱਗੇ ਹੋਏ ਨੇ। ਔਰ ਉਹ ਜੜੀਆਂ ਅਸੀਂ ਗਰਕੀਆਂ ਇਸਤੇਮਾਲ ਕਰ ਰਹੇ ਹਾਂ। ਉਹਦੇ ਨਾਲ ਪਾਣੀ ਤੇ ਕੀ ਹਸਤਾਤ ਹੁੰਦੇ ਨੇ ਜਿਹੜਾ ਪੀਣ ਵਾਲਾ ਪਾਣੀ ਹੈ ਉਹ ਵੀ ਸਾਨੂੰ ਸਾਡੇ ਜਿਹੜੇ ਸੁਣਨ ਵਾਲੇ ਔਰ ਦੇਖਣ ਵਾਲੇ ਨੇ ਉਹਨਾਂ ਨੂੰ ਗਾਈਡ ਫਰਮਾਓ ਕਿ ਉਹ ਕਿੰਨੇ ਫਾਸਲੇ ਤੋਂ ਹੋਣੀਆਂ ਚਾਹੀਦੀਆਂ ਨੇ ਗਰਕੀਆਂ ਜਾਂ ਉਹਨਾਂ ਦਾ ਕੋਈ ਹੋਰ ਸਿਸਟਮ ਐਸਾ ਹੋਣਾ ਚਾਹੀਦਾ ਹੈ। ਪਿੰਡਾਂ 'ਚ ਜਦੋਂ ਹੈਂਡ ਪੰਪ ਦੇ ਨਾਲ ਹੀ ਅਸੀਂ ਗਰਕੀ ਬਣਾ ਦਿੰਨੇ ਆ। ਸਹੀ। ਲੈਟਰੀਨ ਤੋ ਉਹਦਾ ਆਪਸ ਫਾਸਲਾ ਘੱਟ ਹੁੰਦਾ ਹੈ ਤੋ ਡਰਾ ਪਾਣੀ ਕਰਦੇ ਨੇ ਔਰ ਉਸ ਪਾਣੀ ਚੋਂ ਹੀ ਜਰਾ ਸੀ ਆ ਜਾਂਦੇ ਨੇ ਜਿਹੜੇ ਕਿ ਉਹਦੇ ਚ ਇਹਨਾਂ ਦਾ ਕਮਸ ਕਮ 1000 ਫੁੱਟ ਦਾ ਫਾਸਲਾ ਰੱਖਣ ਜਦੋਂ ਵੀ ਇਹ ਜਿਹੜਾ ਇੱਕ ਓਪਨ ਡੈਫੀਕੇਸ਼ਨ ਫ੍ਰੀ ਇੱਕ ਕੈਂਪੇਨ ਚੱਲੀ ਸੀ ਹਕੂਮਤ ਦੀ ਔਰ ਉਹ ਅਚੀ ਸਕੀਮ ਸੀ ਕਿ ਲੋਕਾਂ ਨੂੰ ਖੇਤਾਂ ਦੀ ਬਜਾਏ ਘਰਾਂ ਚ ਬਣਾ ਕੇ ਦਿੱਤੇ ਜਾਂ ਲੇਟੈਂਸ ਉਸ ਦਾ ਇੱਕ ਦੂਸਰੀ ਸਾਈਡ ਤੇ ਇਹ ਦੇਖਣ ਦੀ ਲੋੜ ਹੈ ਕਿ ਉਹ ਹੈਂਡ ਪੰਪ ਦੇ ਨਾਲ ਨਾ ਬਣਾਇਆ ਜਾਣ ਹਾਂ ਐ ਵੈਸੇ ਹਾਂ ਉਸੇ ਵੇੜੇ ਚ ਦੋਨੋਂ ਕੰਮ ਨਹੀਂ ਹੋ ਸਕਦੇ ਸਾਬ ਪਾਣੀ ਦਾ ਤੁਹਾਡਾ ਨਲਕਾ ਜਿਹੜਾ ਹੈ ਉੱਥੇ ਹੀ ਹੋਵੇ ਔਰ ਉੱਥੇ ਹੀ ਤੁਹਾਡਾ ਤੇ ਲੈਟਰਨ ਦਾ فاਸਲਾ ਉਸ ਨਾਲ ਜਿੰਨਾ ਹੱਥਲ ਵੱਸਾ ਜਿੰਨਾ ਦੂਰ ਹੋਵੇ ਉੰਨਾ ਹੀ ਅੱਛਾ ਔਰ ਦੂਸਰਾ ਉਹਨੂੰ ਸੈਪਟਿਕ ਟੈਂਕ ਦਾ ਤਰੀਕਾ ਰੱਖਣ ਜ਼ਮੀਨ ਦੇ ਪਾਣੀ ਨਾਲ ਨਾਲ ਨੂੰ ਮਿਲੰਦੇ ਸਹੀ ਇਹ ਚੀਜ਼ਾਂ ਦੇਖਣੀਆਂ ਬਣੀਆਂ ਤੁਸੀਂ ਇਹ ਤੇ ਫਿਰ ਇੰਟੀਗ੍ਰੇਸ਼ਨ ਚਾਹੀਦੀ ਕੋਆਰਡੀਨੇਸ਼ਨ ਚਾਹੀਦੀ ਦੋਨੋਂ ਮਹਿਕਮਾ ਇਹ ਕਿ ਉਹ ਫਿਰ ਜਦੋਂ ਇਹ ਕਰਨ ਤੇ ਮੈਂ ਤੁਹਾਡੇ ਕੋਲ ਵੀ ਤੁਸੀਂ مشورہ ਕਰਨ ਇਹ ਜਿਹੜਾ ਮੈਂ ਵੇਖਦੇ ਕਿ ਹਕੂਮਤੀ ਇਵਨ ادارے ਦਾ ਵੀ ਆਪਸ ਫੁਕਦਾਨ ਹੈ ਇਹਨਾਂ ਦੀ ਕਮਿਊਨੀਕੇਸ਼ਨ ਗੈਪ ਮੈਂ ਬੜਾ ਦੇਖ-ਵੇਖਦੀਆਂ ਕਿ ਆਪਸ ਕਮਿਊਨੀਕੇਟ ਨਹੀਂ ਕਰਦੇ ਕੋ ਅਗਰ ਕਿਸੇ ਇੱਕ ਜਗ੍ਹਾ ਦਾ ਕੰਮ ਐ ਤਾਂ ਦੂਜਾ ਵੀ ਫਿਰ ਉਹ ਨਹੀਂ ਇੱਕ ਮਸ਼ਵਰਾ ਨਹੀਂ ਕਰਦੇ ਆ ਆਪਸ ਵਿੱਚ ਉਹ ਥੋੜੀ ਬੜੀ ਸਹੀ ਗੱਲ ਹੈ ਲੇਕਿਨ ਹੁਣ ਇੱਕ ਅੱਛੀ ਇੱਕ ਪੇਸ਼ਰਫਤਾ ਹੋਵੇ ਕਿ ਜਿਸਾ ਹੁਣ ਮੈਂ ਜ਼ਿਕਰ ਕੀਤਾ ਕਿ ਪਿੰਡਾਂ ਛੱਪੜ ਵੀ ਹੈ ਨੇ ਜੀ ਉਹਨਾਂ ਦਾ ਗੰਦਾ ਪਾਣੀ ਜ਼ਮੀਨ 'ਚ ਜਾਂਦਾ ਹੈ ਫਿਰ ਉਸ ਤੋਂ ਲੋਕ ਨਲਕੇ ਲਾ ਕੇ ਪਾਣੀ ਜਦੋਂ ਪੀਂਦੇ ਨੇ ਤਾਂ ਉਹ ਹੀ ਗੰਦਾ ਤੇ ਉਹਦਾ ਹੁਣ ਗਵਰਨਮੈਂਟ ਨੇ ਹਲ ਕੱਢਿਆ ਹੁਣ ਪਹਿਲਾ ਅਸੀਂ ਕੀਤਾ ਕੰਮ ਮਾਹਨਾਵਾਲਾ ਇੱਕ ਪਿੰਡ ਹੈ ਚੀਖੂਪੁਰਾ ਜ਼ਿਲ੍ਹੇ ਦੇ ਵਿੱਚ ਉਹਦੀ ਜਿਹੜਾ ਛੱਪੜ ਸੀ ਉਹਦੇ 'ਚ ਪੌਦਿਆਂ ਨੂੰ ਤੈਰਾ ਕੇ ਫਲੋਟਿੰਗ ਵੈਟਲੈਂਡ ਬਣਾਏ ਨੇ اچھا ਜਿਹੜੇ ਕਿ ਕੱਲ ਹੀ ਅਸੀਂ ਉਸੇ ਕੰਮ ਕਮਲ ਕੀਤਾ ਕਿ ਉਹਨਾਂ ਦੇ ਉੱਤੇ ਐਸੇ ਪੌਦੇ ਇੱਕ ਐਟੋਮਿਕ એનર્ਜੀ ਕਮਿਸ਼ਨ ਦਾ ਜ਼ਿਲ੍ਹੀਦਾਰ ਹੈ ਨਿਬਜੀ ਨੈਸ਼ਨਲ ਇੰਸਟੀਚਿਊਟ ਆਫ ਜੈਨੇਟਿਕ ਬਲੱਡ ਬਾਇਓਲੋਜੀਕਲ ਇੰਜੀਨੀਅਰਿੰਗ ਫੈਸਲਾਬਾਦ ਚ ਉਹ ਪੌਦੇ ਡਿਵੈਲਪ ਕਰਦਾ ਜਿਹੜਾ ਟ੍ਰੀਟ ਕਰਦੇ ਨੇ ਸਾਫ ਪਾਣੀ ਕਰਦੇ ਨੇ ਗੰਦੇ ਨੂੰ اچھا ਇਹ ਤਾਂ ਫਿਰ ਕੋਈ ਨਾ ਵੀ ਕੋਈ ਮਤਲਬ ਵੀ ਸੀ ਟੈਕਨੋ ਟੈਕਨੋਲੋਜੀ ਟੈਕਨੋਲੋਜੀ ਬੈਰੋਨ ਦੇ ਮੁਲਕ ਤੇ ਕਾਫੀ ਰਾਇ ਸੀ ਉਹਦੇ ਚ ਹੁੰਦਾ ਹੈ ਕਿ ਇੱਕ ਉਹਨੂੰ ਫਲੋਟ ਕਰਾਉਂਦੇ ਨੇ 20% ਹਿੱਸਾ ਉਸ ਚੱਪੜ ਦਾ ਉਹ ਸੇ ਪੌਦੇ ਅਸੀਂ ਫਲੋਟ ਕਰਾ ਦਿੰਨੇ ਆ ਲੇਕਿਨ ਉਹਦੀ ਜੜ੍ਹ ਹੈ ਉਹ ਟ੍ਰੀਟ ਕਰ ਰਹੀ ਹੁੰਦੀ ਪਾਣੀ ਨੂੰ ਉਹ ਗੰਦਾ ਗੰਦੀ ਗੰਦਗੀ ਕਰ ਰਹੀ ਹੁੰਦੀ ਹੈ ਗੰਦਗੀ ਨੂੰ ਉਹ ਫਿਲਟਰ ਵੀ ਕਰ ਰਹੀ ਹੁੰਦੀ ਹੈ ਤੇ ਉਹਨੂੰ ਉਹਨੂੰ ਜਜ਼ਬ ਵੀ ਕਰ ਰਹੀ ਹੁੰਦੀ ਹੈ ਆਪਣੀ ਜੜ੍ਹਾਂ ਚ ਸਹੀ ਤੇ ਉਹਦੇ ਨਤੀਜੇ ਚ ਛੱਪੜ ਦਾ ਪਾਣੀ ਸਾਫ਼ ਹੋ ਜਾਂਦਾ ਅੱਛਾ ਉਹ ਨਾਲ ਫਿਰ ਜ਼ੇਰ ਜ਼ਮੀਨ ਪਾਣੀ ਖਰਾਬ ਨਹੀਂ ਹੁੰਦਾ ਅਸੀਂ ਪਹਿਲੇ ਛੱਪੜ ਤੇ ਕੰਮ ਕਰ ਲਿਆ ਹੋਇਆ ਹੈ ਮੰਨਵਾਲਾ ਇਸ ਅਰੇ ਜੁਨੀਸੇਫ ਨੇ ਫਾਈਨਾਂਸਿੰਗ ਕੀਤੀ ਹੈ ਤੇ ਪੰਜਾਬ ਗਵਰਨਮੈਂਟ ਨੇ ਵੀ ਐਸਐਲ 500 ਉਹ ਕਿਹੜੇ ਇਲਾਕੇ ਜਿਵੇਂ ਇਹ ਫਲੋਟਿੰਗ ਬਣਾ ਰਹੇ ਨੇ ਫਲੋਟਿੰਗ ਪਲਾਂਟਸ ਲਗਾ ਰਹੇ ਨੇ ਐਸਐਲ ਹਕੂਮਤ ਨੇ ਸਾਲਾਨਾ ਜਿਹੜਾ ਬਜਟ ਦਿੱਤਾ ਹੈ ਪੰਜਾਬ ਗਵਰਨਮੈਂਟ ਨੇ ਉਹਦੇ ਵਿੱਚ 500 ਮਿਲੀਅਨ ਰੁਪੀਏ ਯਾਨੀ 50 ਕਰੋੜ ਰੁਪਏ ਰੱਖਿਆ ਕਿਉਂਕਿ ਦੇਖੋ ਨਾ ਉਹ ਦੋ ਚੀਜ਼ਾਂ ਇਹ ਬਿਮਾਰੀਆਂ ਦੇ ਤੇ ਮੈਂ ਗੱਲ ਕਰਨਾ ਚਾਹਾਂਗਾ ਲੇਕਿਨ ਜਿਹੜੀ ਜ਼ਾਹਿਰ ਸਾਹਿਬ ਨੇ ਹੁਣੇ ਗੱਲ ਦੱਸੀ ਹੈ ਅਸੀਂ ਪਿੰਡਾਂ ਦੇ ਵਿੱਚ ਵੇਖਿਆ ਛਪੜਾਂ ਦੇ ਵਿੱਚ ਛਪੜਾਂ ਦੇ ਕਿਨਾਰਿਆਂ ਤੇ ਵੀ ਬਾਸਕਾਤ ਜਿਹੜੇ ਨਲਕੇ ਲੱਗੇ ਸਨ ਉਹਨਾਂ ਦਾ ਪਾਣੀ ਮਿੱਠਾ ਵੀ ਹੁੰਦਾ ਸੀ ਸਾਫ਼ੀ ਹੁੰਦਾ ਸੀ ਔਰ ਬਾਕੀ ਪਿੰਡ ਦੇ ਮੁਕਾਬਲੇ ਚ ਠੰਡਾ ਵੀ ਹੁੰਦਾ ਸੀ ਜੀ ਔਰ ਇਹ ਜਿਸ ਬੂਟੀ ਦੀ ਗੱਲ ਜਿਹਦਾ ਇਹਨਾਂ ਨੇ ਇੱਕ ਬਕਾਇਦਾ ਨਬਾਤاتی ਨਾਮ ਲਿਆ ਹੈ ਜਾਂ ਇੱਕ ਜਿਹੜਾ ਇੰਟਰਨੈਸ਼ਨਲ ਈਦਾਰੇ ਨੇ ਜਿਹੜਾ ਨਾਮ ਰੱਖਿਆ ਫਲੋਟਿੰਗ ਪਲਾਂਟ ਜਿਹੜੇ ਨੇ ਅਸੀਂ ਇਹਨੂੰ ਪਿੰਡਾਂ ਦੇ ਵਿੱਚ ਇੱਕ ਬੂਟੀ ਦੀ ਸ਼ਕਲ ਚ ਸਮਝਦੇ ਹਾਂ अच्छा ते ओ बूटी जेडी ए दा मतलब ਪਿੰਡਾਂ ਦੇ ਵਿੱਚ ਜਿਹੜੇ ਛਪੜ ਮੌਜੂਦ ਨੇ ਉਹਨੂੰ ਕੱਢ ਕੇ ਜ਼ਾਇਆ ਨਹੀਂ ਕਰਨੀ ਚਾਹੀਦੀ। ਜ਼ਾਇਆ ਨਹੀਂ ਕਰਨਾ। ਉਹਨੂੰ ਰਹਿਣ ਦੇਣਾ ਚਾਹੀਦਾ ਹੈ। ਉਹਦੇ ਨਾਲ ਕਿਹਾ ਆभी ਹਯਾ ਜੜੀਆਂ ਨੇ ਮੌਜੂਦ ਨੇ ਛਪੜਾਂ ਦੇ ਵਿੱਚ। ਉਹ ਉਹ ਵੀ متاثر ਹੁੰਦੀਆਂ ਨਹੀਂ ਉਹ ਬਰਕਰਾਰ ਰਹਿੰਦੀਆਂ। ਉਹ ਉਸ ਵੀ ਰਹੇਗੀ ਜਿਹੜੀ ਜੇ ਇਕੋਸਿਸਟਮ ਜਿਹੜਾ ਹੈ ਬਾਇਓਡਾਈਵਰਸਿਟੀ ਵਾਸਤੇ ਬੜਾ ਹੈ। ਇਸ ਦਾ ਮਤਲਬ ਅਸੀਂ ਇਹ ਮੈਸੇਜ ਦੇ ਰਹੇ ਆਂ ਲੋਕਾਂ ਨੂੰ ਕਿ ਉਹ ਬੂਟੀ ਨੂੰ ਕੱਢ ਕੇ ਉਹ ਜ਼ਾਇਆ ਨਾ ਕਰਨ ਪਾਣੀ ਸਾਫ ਕਰਨ ਲੇਕਿਨ ਇਹ ਬੂਟੀ ਕਹ ਰਹੇ ਇمپੋਰਟ ਹੋਵੇਗੀ ਕਿ ਜਿਹੜੀ ਇਹ ਮੌਜੂਦ ਹੈ ਇਹ ਬੜੀ ਆਮ ਹੈ ਅਸਲ ਚ ਇਹਨੂੰ ਮਕਾਮੀ ਹਰ ਜਗ੍ਹਾ ਤੇ ਨਾ ਜਿਸ ਤਰ੍ਹਾਂ ਦੇ ਪੌਦੇ ਹੋਣ ਜਾਂ ਬੂਟੇ ਹੋਣ ਉਹਨਾਂ ਨੂੰ ਉਹਨਾਂ ਨੂੰ ਲਾਉਣਾ ਚਾਹੀਦਾ ਹੈ ਔਰ ਉਹਦੇ ਲਈ ਜਿਹੜਾ ਨਿਬਜੀਦਾਰਾ ਹੈ ਉਹਨੇ ਆਪਣੀ ਲੈਬਾਰਟਰੀ ਚ ਉਹ ਪੌਦਾ ਉਹਨਾਂ ਨੇ ਡਿਵੈਲਪ ਕੀਤਾ ਹੁੰਦਾ ਹੈ ਗਰੋਅ ਕੀਤਾ ਹੁੰਦਾ ਹੈ ਉਹਨੂੰ ਆ ਕੇ ਉਲਾਦਦੇ ਨੇ ਠੀਕ ਹੈ ਸਰਕਾਰੀ ادارਾ ਹੈ ਬੜਾ ਅੱਛਾ ਰਿਸਰਚ ਦਾ تحقیਕੀ ادارਾ ਹੈ ਸਹੀ ਤੇ ਇਹਦੇ ਚ ਇੱਕ ਕਿਉਂਕਿ ਐਸ ਹਕੂਮਤ ਨੇ 50 ਕਰੋੜ ਰੁਪਏ ਰੱਖਿਆ ਹੈ ਇਸ ਸਾਲ ਇਸ ਕੰਮ ਨੂੰ ਕਰਨਾ ਸੇ ਤੇ ਇਸ ਦੇ ਨਤੀਜੇ 'ਚ ਸਾਡਾ ਪਾਣੀ ਦੀ ਪੋਲੂਸ਼ਨ ਦਾ ਇੱਕ ਸੋਰਸ ਤੇ ਘਟੇਗਾ ਜਿਹੜਾ ਜ਼ਮੀਨ ਛਪਣਾ ਜੋ ਪਾਣੀ ਤੇ ਫਰਕ ਪਏਗਾ ਨਾ ਫਰਕ ਪਏਗਾ ਤੇ ਇਸ ਤਰ੍ਹਾਂ ਹੀ ਅਸੀਂ ਮرحله ਬਾਾਰ ਪਾਣੀ ਨੂੰ ਅਲੂਧਾ ਹੋਣ ਤੋਂ ਬਚਾਣਾ تاکہ باٹ کرنا انوائرنمنٹ ਨੂੰ ਤੇ پانی ਨੂੰ تاکہ ਬਾਅਦ ਚ ਉਹਨੂੰ ਸਾਫ਼ ਕਰਨ ਲਈ ਜਿਹੜਾ ਖਰਚਾ ਕਰਨਾ ਪੈਂਦਾ ਉਹ ਨਾ ਲੱਗੇ ਬਿਲਕੁਲ ਇੱਕ ਹੀ ਦਫਾ اچھا ਸਰ ਕਿਸ ਕਿਸਮ ਦੇ ਬਿਮਾਰੀਆਂ ਪੈਦਾ ਹੁੰਦੀਆਂ ਜਦੋਂ ਤੁਸੀਂ ਵੇਖਿਆ ਕਿ ਜਦੋਂ ਅਸੈਸਮੈਂਟ ਤੁਸੀਂ ਕੀਤੀ ਕਿ ਜੀ ਲੋਕ ਬੜਾ ਸ਼ਿਕਾਰ ਹੋ ਰਹੇ ਨੇ ਬੜੇ ਮਸਾਇਲ ਦਾ ਤੇ ਕਿਸ ਕਿਸਮ ਦੀਆਂ ਬਿਮਾਰੀਆਂ ਨਜ਼ਰ ਆਈਆਂ ਸਭ ਤੋਂ ਜ਼ਿਆਦਾ ਇੱਕ ਥੋੜੀ ਜਿਹੀ ਗਲਤਫਹਮੀ ਹੈ ਲੋਕਾਂ ਨੂੰ ਉਹ ਲੋਕ ਜਿਹੜੇ ਖੂਨ ਨਾਲ ਪੈਦਾ ਹੁੰਦੀਆਂ ਨੇ ਜਾਂ ਟਰਾਂਸਮਿਟ ਹੁੰਦੀਆਂ ਨੇ ਬਿਮਾਰੀਆਂ ਉਹਨਾਂ ਨੂੰ ਵੀ ਪਾਣੀ ਨਾਲ ਮਨਸੂਬ ਕਰ ਦਿੰਦੇ ਨੇ ਜਿਸ ਤਰ੍ਹਾਂ ਹੈਪੇਟਾਈਟਸ ਬੀ ਔਰ ਸੀ ਇਹ ਉਹ ਬਲੱਡ ਟੂ ਬਲੱਡ ਜਾਂਦੀਆਂ ਨੇ ਅਗਰ ਕੁਸ਼ੀਵ ਕਰਾ ਰਿਹਾ ਦੋਸੀ ਸੇਫ ਰੇਜ਼ਰ ਨਾਲ ਦੂਸਰਾ ਵੀ ਕਰਾ ਰਿਹਾ ਉਹ ਹੋ ਜੇਗੀ ਜਾਂ ਇੰਜੈਕਸ਼ਨ ਦੀ ਉਸ ਇੰਜੈਕਸ਼ਨ ਯੂਸ ਤੋ ਉਹ ਬਲੱਡ ਟੂ ਬਲੱਡ ਹੁੰਦਾ ਹੈ ਤੇ ਹੈਪਟਿਟਸ B ਤੇ C ਦਾ ਪਾਣੀ ਨਾਲ ਨਹੀਂ ਕੋ تعلق ਅਲਬਤਾ ਪਾਣੀ ਨਾਲ ਜਿਹਨਾਂ ਚੀਜ਼ਾਂ ਦਾ تعلق ਹੈ ਉਹ ਟਾਈਫਾਈਡ ਹੈਜ਼ਾ ਹੈ ਡਾਇਰੀਆ ਹੈਗਾ ਹੈ ਔਰ ਗੈਸਟਰੋਐਂਟਰਾਈਟਸ ਨੂੰ ਕਹਿੰਦੇ ਨੇ ਉਹ ਹੈਗਾ ਹੈਪਟਿਟਸ A ਵੀ ਹੁੰਦਾ ਜਿਹੜਾ ਅੱਖ ਯਰਕਾਨ ਜਿਹਨੂੰ ਕਹਿੰਦੇ ਨੇ ਜਿਹੜਾ 10 ਦਿਨ ਲਈ ਅੱਖਾਂ ਪੀਲੀਆਂ ਹੁੰਦੀਆਂ ਨੇ ਇਹ ਪਾਣੀ ਨਾਲ ਹੁੰਦਾ ਲੇਕਿਨ ਲੋਕ ਇਹ ਸੋਚਦੇ ਨੇ ਕਿ ਸਿਰਫ ਪੀਣ ਵਾਲਾ ਪਾਣੀ ਹੀ ਠੀਕ ਰੱਖਣਾ ਹੈ ਲੇਕਿਨ ਜਿਹੜਾ ਗਲੀ ਦੇ ਵਿੱਚ ਉਹ ਨੁੱਕਰ ਤੇ ਕੋਈ ਬਣਾ ਰਿਹਾ ਕੋਈ ਅਸੀ ਚੀਜ਼ ਜਿਹੜੀ ਗੋਲ ਗੱਪੇ ਜਾਂ ਦਹੀਂ ਭੱਲੇ ਬਣਾ ਰਿਹਾ ਉਹ ਵੀ ਸਾਫ ਪਾਣੀ ਨਾਲ ਬਣਨੇ ਚਾਹੀਦੇ ਨੇ ਬਿਲਕੁਲ ਤੁਸੀਂ ਜਦੋਂ ਖਾਓਗੇ ਤੇ ਡਾਕਟਰ ਕਹੇਗਾ ਜੀ ਵਾਟਰ ਬੋਰਨ ਦੀਜ਼ ਹੈ ਤੁਸੀਂ ਟੂਟੀ ਦੇ ਪਾ ਦਿਓਗੇ ਸਾਰਾ ਕੁਝ ਉਹ ਟੂਟੀ ਪਾਣੀ ਪਾਣੀ ਠੀਕ ਦੇ ਰਹੀ ਹੋਏਗੀ ਲੇਕਿਨ ਤੁਸੀਂ ਉਹ ਸਮਝੋਗੇ ਕਿ ਪਾਣੀ ਨਾਲ ਹੋਇਆ ਲੇਕਿਨ ਹੋਇਆ ਗੋਲ ਗੱਪਿਆਂ ਨਾਲ ਹੋਏਗਾ ਤੁਹਾਡਾ ਤੇ ਇਸ ਲਈ ਹਰ ਘਰ ਦੀ ਟੈਂਕੀ ਵੀ ਸਾਫ਼ ਕਰੇ ਹਰ ਸਾਰਾ ਕੁਝ ਸਾ ਮੈਨੂੰ ਲੱਗਦਾ ਇਹ ਇਨਸਾਨ ਦੀ ਆਪਣੀ ਜ਼ਿੰਦਗੀ ਇਸ ਤਰ੍ਹਾਂ ਟਾਇਰ ਸਭ ਗੱਲ ਕਰ ਰਹੇ ਸਨ ਕਿ ਇਹ ਸਾਡੀ ਆਪਣੀ ਜ਼ਾਤੀ ਜ਼ਿੰਮੇਵਾਰੀ ਵੀ ਹੈ ਬਈ ਮੈਂ ਇੱਕ ਸ਼ਹਿਰੀ ਹੋਣ ਦੇ ਬਾਵਜੂਦ ਵੀ ਸਾਡਾ ਕੰਮ ਵੀ ਹੈ ਕਿ ਸਾਨੂੰ ਵੀ ਪਤਾ ਹੋਣਾ ਹੋਣਾ ਚਾਹੀਦਾ ਕਿ ਕੀ ਸਾਫ਼ ਪਾਣੀ ਕਿਸ ਤਰ੍ਹਾਂ ਅਸੀਂ ਆਪਣੇ ਆਪ ਨੂੰ ਬਚਾਣਾ ਹੈ ਤੇ ਆਪਣੇ এনवायरमेंट ਨੂੰ ਕਿਸ ਤਰ੍ਹਾਂ ਅਸੀਂ ਪ੍ਰੋਟੈਕਟ ਕਰਨਾ ਹੈ ਹਰੂ ਪਾਣੀ ਬਿਲਕੁਲ ਜਿਹੜਾ ਮੂੰਹ ਦਾ ਜ਼ਾਇਕਾ ਬਦਲ ਦਵੇ ਜੀ ਜਿਹੜਾ ਪੇਟ ਖਰਾਬ ਕਰ ਦਵੇ ਸਹੀ ਇਹਦਾ ਮਤਲਬ ਪਾਣੀ ਠੀਕ ਨਹੀਂ ਹੈ ਪਾਣੀ ਠੀਕ ਨਹੀਂ ਹੈ ਉਸੇ ਵੇਲੇ ਸਾਨੂੰ ਫੌਰੀ ਤੌਰ ਤੇ ਸਭ ਤੋਂ ਪਹਿਲੇ ਉਹ ਪਾਣੀ ਹੈ ਜਿਹੜਾ ਅਗਰ ਅਸੀਂ ਚੈੱਕ ਕਰਵਾ ਸਕਨੇ ਆ ਖੁਦ ਚੈੱਕ ਕਰਵਾਈਏ ਕਰਵਾਈਏ ਐਵੇਂ ਸਭ ਦੀ ਆਪਣੀ ਜ਼ਿੰਮੇਵਾਰੀ ਅਸੀਂ ਆਪਣੀ ਜ਼ਿੰਮੇਵਾਰੀ ਹੈ ਅਸੀਂ ਖੁਦ ਵੀ ਕੁਝ ਨਹੀਂ ਕਰਦੇ ਤਾਂ ਸਹਿਰੀ ਸਾਨੂੰ ਸਭ ਤੋਂ ਪਹਿਲੇ ਇਹ ਦੇਖਣਾ ਹੈ कि जरा मेरी अपने जिसमें अगर कोई चीज मेरे वाल कोई गोली आ रही है मेरे वाल कोई वटा आ रहा है पहले मैं चेक कर मैं अपने आप तो हाँ। बचा है कि नहीं बचा बिल्कुल जब मैं पहले देखना कि मैं नहीं मैं पहले पुलिस को दसन वा जाव कि उन्हें मेरे प्रोटेक्ट करना पहले पुलिस आए वो इस वट्टे पहली जिम्मेदारी मैं उस वटे तो बचा मारन वाले तो बचा तो उस तो बाद जाके जावा मैं फला ने वटा मारे मत हो शायद ही अपने आप में मैं बचाने खुद भी कोई काम करने की जरूरत जिम्मेदारियां लैन की जरूरत है जिस वक्त असी जिम्मेदारियां शेयर करा अपन एक दूसरे दिनाल और बहुत सारे मसले हल हो जाएगा बिल्कुल अच्छा राइट साहब आखिराम दवोंगे कि जी अथॉरिटी है जी हेड कर रहे हो तो की पैगाम देवोगे साढ़े नाजरीन ते जो लोग प्रोग्राम वेख रहे हैं किस तरह बेहतर कर सकते हैं हालात को तो फिर तीन की जिम्मेदारी होगी एज अ रैप ऑफ दिस ਤੁਹਾਡੀ ਪਹਿਲੀ ਚੀਜ਼ ਤੇ ਮੈਂ ਗੁਜ਼ਾਰਿਸ਼ ਕਰਾਂਗਾ ਕਿ ਕੋਈ ਵੀ ਗਵਰਨਮੈਂਟ ਕੋਈ ਤੁਹਾਡੇ ਲਈ ਕੋਈ ਅਸਾਸਾ ਬਣਾਏ ਜਾਂ ਕੋਈ ਸੋਲੂਸ਼ਨ ਕਰੇ ਜਾਂ ਕੋਈ ਪਲਾਂਟ ਲਾਏ ਜਾਂ ਮਰਕਜ਼ਾ ਬਣਾਏ ਉਹਨੂੰ ਆਪਣਾ ਸਮਝੋ ਉਹਨੂੰ ਅਗਰ ਕੋਈ ਉਹਦੀ ਸਫਾਈ ਸੁਥਰਾਈ ਹੈ ਉਹਦੇ ਲਈ ਆ ਨਹੀਂ ਕਿ ਫੋਨ ਕਰਨ ਦੀ ਲੋੜ ਨਹੀਂ ਹੈ ਤੁਸੀਂ ਆਪ ਦੇਖ ਲਓ। ਆਪੇ ਵੀ ਕੰਟਰੀ ਜਿਸ ਤਰ੍ਹਾਂ ਇਹ ਕਹਿ ਰਹੇ ਨੇ ਕਿ ਆਪੇ ਵੀ ਖੁਦ ਵੀ ਜ਼ਿੰਮੇਵਾਰੀ ਲਵੋ। ਤੇ ਦੂਸਰਾ ਇਹਦੇ ਤੁਸੀਂ ਇੱਕ ਨੰਬਰ ਰੱਖਿਆ ਹੈ 1336। ਅੱਛਾ 1336 ਨੰਬਰ ਹੈ ਕਿ ਸਾਡਾ ਬਣਿਆ ਹੋਇਆ ਅਗਰ ਆਪੇ ਮਰਕਜ਼ ਹੈ ਆਪ ਅਗਰ ਕੋ ਖਰਾਬ ਮਹਿਸੂਸ ਹੋ ਹੈਲਪਲਾਈਨ ਨੰਬਰ ਹੈ। ਹੈਲਪਲਾਈਨ ਨੰਬਰ ਹੈ ਉਸੇ ਫੋਨ ਕਰਦੇ ਹਾਂ ਅਸੀਂ ਉਹਨੂੰ ਠੀਕ ਕਰਨ ਪਹੁੰਚਾਂਗੇ ਤੇ ਦੂਸਰਾ ਹੈਗਾ ਕਿ ਇਹਨੂੰ ਪੇ ਕਰਨ ਲਈ ਤੁਮ ਜ਼ੇਹਨ ਬਣਾਣ। ਆਵਾਮ ਅੱਛਾ ਹਲੇ ਤੱਕ ਤੁਹਾਨੂੰ ਬਸ ਇੱਕ ਪੇਮੈਂਟ ਮਸੂਲ ਹੋਈ ਹੈ ਹਲੇ ਤੱਕ ਅਸੀਂ ਪੇਮੈਂਟ ਮਸੂਲ ਕਰਨੀ ਸ਼ੁਰੂ ਕੀਤੀ ਸੀ ਲੋਕਾਂ ਲੋਕਾਂ ਨੇ ਇਤਜਾਜ ਕੀਤਾ ਸੀ ਛੱਡ ਦਿੱਤੀ ਲੇਕਿਨ ਉਹਦੇ ਨਤੀਜੇ ਵਿੱਚ ਸਾਨੂੰ ਖਦਸ਼ਾ ਹੈ ਕਿ ਲੋਕਾਂ ਦੀ ਪੇਮੈਂਟ ਜਾਂ ਓਨਰਸ਼ਿਪ ਤੋਂ ਬਗੈਰ ਚੀਜ਼ਾਂ ਚੱਲਣੀਆਂ ਨਹੀਂ ਬਿਲਕੁਲ ਤੁਸੀਂ ਸਹੀ ਕਹਿ ਰਹੇ ਓਨਰਸ਼ਿਪ ਹੋਣੀ ਚਾਹੀਦੀ ਤੇ ਫਿਰ ਮੈਂ ਕਿ ਵੀ ਰਿਕੁਐਸਟ ਕਰਾਂਗੀ ਕਿ ਤੁਹਾਡੇ ਵਾਸਤੇ ਅਗਰ ਕੁਝ ਸਟੇਟ ਰਿਆਸਤ ਕਰੇ ਤਾਂ ਉਹਦੇ ਵਿੱਚ ਤੁਸੀਂ ਕੰਟਰੀਬਿਊਟ ਵੀ ਕਰੋ ਤੇ ਆਈ ਥਿੰਕ ਹਮ ਅਸੀਂ ਵੀ ਸ਼ਹਿਰ ਵਿੱਚ ਪੇ ਕਰਦੇ ਨੇ ਪਾਣੀ ਦੇ ਬਿੱਲਸ ਵੀ ਦੇਂਦੇ ਨੇ ਜਿਸ ਤਰ੍ਹਾਂ ਸ਼ਹਿਰਾਂ 'ਚ ਪੇ ਕਰਦੇ ਨੇ ਤੇ ਹਾਟ 'ਚ ਵੀ ਪੇ ਕਰਨ ਬਲਕਿ ਇਹ ਬਿਹਤਰ ਹੈ ਕਿ ਆਪਣੀ ਤੰਦੀਮ ਬਣਾ ਕੇ ਇਹਨੂੰ ਆਪ ਹੀ ਚਲਾਣ ਆਪ ਹੀ ਚਲਾਣ ਕਮਿਊਨਿਟੀ ਡਿਵੈਲਪਮੈਂਟ ਦੇ ਦੇ ਨਾਮ ਨੇ ਇਹ ਅਪਲਿਫਟਿੰਗ ਐਂਡ ਪਾਵਰਿੰਗ ਦੇ ਮੈਨੇਜਮੈਂਟ ਇੱਕ ਚੀਜ਼ ਥੋੜੀ ਜੀ ਇਹ ਰਹਿਣ ਮੈਂ ਫਰਮਾਉ ਕਿ مختلف ਹਲਾਕਿਆਂ ਦੇ ਵਿੱਚ ਲੋਕਾਂ ਨੇ ਇਨਫਰਾਡੀ ਤੌਰ ਤੇ ਮਰکزਿਆ ਆ ਬਣਾਏ ਨੇ ਔਰ ਉਹਨਾਂ ਦੀ ਮੇਨਟੇਨੈਂਸ ਨਹੀਂ ਹੋ ਪਾਂਦੀ ਅਗਰ ਉਹਨਾਂ ਦੇ ਵਿੱਚ ਕੋਈ ਪ੍ਰੋਬਲਮ ਆ ਜਾਏ ਤੇ ਕੀ ਆ ਉਹ 1330 ਤੇ ਕਾਲ ਕਰਨ ਕਿ ਤੁਸੀਂ ਉਹਨਾਂ ਨੂੰ ਕੁਝ ਹੈਲਪ ਆਊਟ ਕਰ ਸਕਦੇ ਹੋ ਕਿਉਂ ਠੀਕ ਕਰਦੇ ਹੋ ਕਿਉਂਕਿ ਅਗਰ ਕਿਸੇ ਨੇ ਅਗਰ ਲਾ ਦਿੱਤਾ ਹੈ ਔਰ ਮਿਹਰਬਾਨੀ ਕਰ ਦਿੱਤੀ ਤੇ ਉਸ ਮੇਨਟੇਨੈਂਸ ਨੂੰ ਵੀ ਆਪ ਦੀ ਲੋਕਾ ਅੱਤ ਤੁਸੀਂ ਕੋ ਆਪਣਾ ਰੋਲ ਪਲੇ ਕਰ ਸਕਦੇ ਹੋ ਤੁਸੀਂ ਆਪਣਾ ਅੱਛਾ ਪੁਆਇੰਟ ਕੀਤਾ ਕਿ ਪਹਿਲੇ ਜਦੋਂ ਕਿਸੇ ਨੇ ਲਾਉਣ ਦਾ ਇਰਾਦਾ ਵੀ ਕੀਤਾ ਹੋਵੇ ਨਾ ਫਿਲਟ੍ਰੇਸ਼ਨ ਪਲਾਂਡ ਦਾ ਤੇ ਸਾਨੂੰ ਜਰਾ ਪੁੱਛ ਲੈਣ ਮੈਂ ਮਿਸਾਲ ਦਿੰਦਾ ਸਲਾਬ ਦੇ ਦਿਨਾਂ ਚ ਮੁxtਲਫ ਲੋਕ ਮੁxtਲਫ ਮਸ਼ੀਨਾਂ ਲੈ ਕੇ ਫਿਰ ਰਹੇ ਸਨ ਲੋਕਾਂ ਨੂੰ ਪਾਣੀ ਪਿਆਣ ਲਈ ਕਈ ਮਸ਼ੀਨਾਂ ਐਸੀਆਂ ਸਨ ਜਿਹੜੀਆਂ ਉਹਨਾਂ ਸਾਫ਼ ਨਹੀਂ ਕਰ ਰਹੀਆਂ ਸਨ ਪਾਣੀ ਜਿਨ੍ਹਾਂ ਨੂੰ ਉਹਨਾਂ ਨੂੰ ਕਰਨਾ ਚਾਹੀਦਾ ਉਹ ਫਿਰ ਅਸੀਂ ਉਹਨਾਂ ਨੂੰ ਜਾਇਜ਼ਾ ਲਿਆ ਉਹਨਾਂ ਨੂੰ ਦੱਸਿਆ ਕਿ ਬਈ ਇਸ ਤਰ੍ਹਾਂ ਦੀ ਮਸ਼ੀਨ ਵਿੱਚ ਇਹ ਚੀਜ਼ਾਂ ਐਡ ਕਰ ਲਓ ਤੇ ਫਿਰ ਚੱਲੇਗੀ ਐਸੇ ਤਰ੍ਹਾਂ ਹੀ ਅਗਰ ਕੋਈ ਜ਼ਾਤੀ ਫਿਲਟਰੇਸ਼ਨ ਪਲਾਂਟ ਲਾਉਂਦਾ ਹੈ ਪਹਿਲੇ ਸਾਨੂੰ ਪੁੱਛ ਲਵੇ ਕਿ ਪਾਣੀ ਦਾ ਅਨਲਿਸਿਸ ਕਰ ਲਈਏ ਇਸ ਤਰ੍ਹਾਂ ਹੀ ਕਰਕੇ ਦੱਸੇ ਕਿਉਂਕਿ ਉਹ ਫਿਰ ਆਪਣੇ ਤੌਰ ਤੇ ਲਾਵੇਗਾ ਨਾ ਉਹਦੇ ਵਿੱਚ ਉਹਨਾਂ ਨੂੰ ਲਈ ਵਾਸਤੇ ਸ਼ਹੂਰ ਦੀ ਜ਼ਰੂਰਤ ਹੈ ਸ਼ਹੂਰ ਤੇ ਉਹਨਾਂ ਨੇ ਕੋਈ ਰਿਸਰਚ ਵੀ ਨਹੀਂ ਕੀਤੀ ਹੋਈ ਰਿਸਰਚ ਨਹੀਂ ਕੀਤੀ ਉਹ ਬਸ ਲਾ ਦੇ ਦਿੰਦੇ ਨੇ ਕਿ ਬਸ ਅਸੀਂ ਲੋਕਾਂ ਦੀ ਖਿਦਮਤ ਕਰਨੀ ਲੇਕਿਨ ਉਹਦੇ ਵਿੱਚ ਇਹ ਨਹੀਂ ਪਤਾ ਕਿ ਕਿਸ ਤਰੀਕੇ ਨਾਲ ਕਿਸ ਪ੍ਰੋਸੈਸ ਥਰੂ ਕਿ ਯਾਨੀ ਕਿ ਜਿਸ ਤਰ੍ਹਾਂ ਤੁਸੀਂ ਪਹਿਲੇ ਅਰਜ਼ ਕਰ ਰਹੇ तो वो सूछन असी उन्होंने गाइड भी करा रहनुमई करा और अगर लगे हुआ प्लान उस खराबी है तो साढ़े को मशुरा लेना चाहन तो इस नंबर पर फोन करन असी उन्होंने जरूर दसा चले मेहमान का बहुत बहुत शुक्रिया नाजिन ऐसे सज का प्रोग्राम सोच प्रचार मैं दोबारा थोड़े को हाजिर होगी मैं इजाजत दवो अल्लाह हाफिज़